ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਤੁਹਾਡੇ ਆਤੇ ਬਣਾਉਣ ਲੱਗੇ ਹਾਂ ਦੋਧੀ ਦੋਧੀ ਵੀ ਕਹਿ ਦਿੰਦੇ ਆ ਦੁੱਧ ਵੀ ਕਹਿ ਦਿੰਦੇ ਆ ਜੋ ਮਰਜ਼ੀ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਹੈਗੀ ਖੁਰਾਕ ਹੈ ਬੜੀ ਵਧੀਆ ਅਤੇ ਜਿਸ ਤਰ੍ਹਾਂ ਹੀਟ ਦਿੰਦੀ ਸਰੀਰ ਨੂੰ ਪੂਰੇ ਵਧੀਆ ਹੀਟ ਮਿਲਦੀ ਹੈ ਜਿਸ ਤਰ੍ਹਾਂ ਕਿ ਰਾਤ ਨੂੰ ਆਪਾਂ ਦੁੱਧ ਵਧੀਆ ਇਹਦਾ ਬਣਾ ਕੇ ਰਾਤ ਨੂੰ ਪੀਵਾਂਗੇ ਤਾਂ ਪੂਰਾ ਤਾਕਤ ਵੀ ਮਿਲਦੀ ਹੈ ਸਰੀਰ ਨੂੰ ਬੱਚਿਆਂ ਬੁੱਚਿਆਂ ਵਾਸਤੇ ਬੜੀ ਵਧੀਆ ਚੀਜ਼ ਹੈ ਲਾਗੇ ਆ ਕੇ ਦਿਖਾ ਦਿਓ ਆਪਾਂ ਅਖਰੋਟ ਲੈਣੇ ਆ ਕਾਜੂ ਲੈਣੇ ਆ ਅਤੇ ਮਗਜ਼ ਲੈਣੇ ਚੌਵੇਂ ਨਾਲ ਗਰੀਆਂ ਲੈਣੀਆਂ ਲੌਂਗ ਲਿਚੀਆਂ ਅਤੇ ਹਰੀਆਂ ਇਲਾਚੀਆਂ ਜਵੈਣ ਅਤੇ ਕੇਸਰ ਬਾਕੀ ਕੁਆਂਟੀਟੀ ਜਿੰਨੀ ਤੁਸੀਂ ਰੱਖਣੀ ਆ ਉਹ ਮੈਂਬਰਾਂ ਦੇ ਹਿਸਾਬ ਨਾਲ ਰੱਖ ਲਿਓ ਕਿੰਨੇ ਜਾਣੇ ਜੇ ਤੁਸੀਂ ਕਿੰਨੇ ਜਾਣਿਆਂ ਨੇ ਬਣਾ ਕੇ ਪੀਣੀ ਠੀਕ ਹੈ ਅਤੇ ਆਹ ਆਹ ਸਮਾਨ ਲੈ ਲੈਣਾ ਅਤੇ ਉਹ ਕਿੰਨਾ ਕਿੰਨਾ ਲੈਣਾ ਤੁਸੀਂ ਬੰਦਿਆਂ ਦੇ ਹਿਸਾਬ ਨਾਲ ਵੀ ਜਿੰਨੇ ਜਾਣੇ ਹੈਗੇ ਜੀ ਉਹਨੇ ਮੈਂਬਰਾਂ ਦੇ ਹਿਸਾਬ ਨਾਲ ਤੁਸੀਂ ਪਾ ਲਿਓ ਠੀਕ ਹੈ ਅਤੇ ਬਾਕੀ ਜਿੱਦਾਂ ਜਿੱਦਾਂ ਹੁਣ ਪ੍ਰੋਸੈਸ ਬਣਾਉਣੇ ਆ ਤੁਹਾਨੂੰ ਦਿਖਾਉਣੇ ਆ ਜਿੱਦਾਂ ਜਿੱਦੀ ਬਣਦੀ ਹੈ ਠੀਕ ਹੈ ਇਹ ਹੁਣ ਆਪਾਂ ਸਾਰਾ ਕੁਝ ਜਿੰਨਾ ਮਟੀਰੀਅਲ ਹੈਗਾ ਵਾ ਉਹ ਡੰਡੇ ਕੁੰਡੇ 'ਚ ਪਾ ਦੇਣਾ ਵਾ ਆਹ ਡੰਡੇ ਕੁੰਡੇ 'ਚ ਪਾ ਤਾ ਜਾ ਫੜਾ ਬਹਿ ਜਾ ਤੂੰ ਹੁਣ ਉੱਤੇ ਇਹਨੂੰ ਡੰਡੇ ਕੁੰਡੇ 'ਚ ਪਾ ਤਾ ਅਤੇ ਭਲਵਾਨ ਨੂੰ ਦਿੱਤਾ ਆਪਾਂ ਬਾਹਰ ਪਾਣੀ ਲਿਆ ਪਾਣੀ ਚੱਲ ਠੀਕ ਲੱਤਾਂ ਲੁੱਤਾਂ ਦੇ ਰਹੀਆਂ ਮੈਨੂੰ ਜ਼ਿਆਦਾ ਘੱਟ ਹੀ ਮੁੜਦੀਆਂ ਮੈਂ ਇਹਦੇ ਭਾਰਾ ਹੋ ਗਿਆ ਲੱਤਾਂ ਲੁੱਤਾਂ ਮੁੜਨ ਵੜ ਗਈਆਂ ਤੇਰੀਆਂ ਅੱਛਾ ਹੋਰ ਫਿਰ ਗੱਲਬਾਤ ਸੁਣਾ ਦੇ ਉਹਨਾਂ ਚਿਰ ਕੋਈ ਪੀਣਾ ਤੂੰ ਵੀ ਰੱਖ ਪੀਣਾ ਤੂੰ ਹੀ ਦੁੱਧ ਦੁੱਧ ਜਿਹੜਾ ਬਣਾਇਆ ਪੀਣਾ ਵਾ ਕਿੰਨਾ ਕੁ ਕਿੰਨਾ ਕੁ ਆਖੂੰਗਾ ਸਾਰਾ ਪੀ ਜਾ ਮੈਂ ਤੇ ਕਿੰਨਾ ਹੈ ਕਿੰਨਾ ਕੁ ਪੀਏਗਾ ਬਣਾਈ ਬਣਾਈ ਕੋਈ ਚੀਜ਼ ਯੂਟਿਊਬ ਵਾਲੇ ਕਹਿੰਦੇ ਚੀਜ਼ ਬਣਾਈ ਕੋਈ ਇਹਨੇ ਐਕਸਪੈਰੀਮੈਂਟ ਕੀਤਾ ਕੋਈ ਹੈ ਚੀਜ਼ਾਂ ਨਹੀਂ ਹੈਗੀਆਂ ਬਾਕੀ ਇਹਨੂੰ ਜ਼ਿਆਦਾ ਨਹੀਂ ਰਗੜਨਾ ਵੀ ਥੋੜ੍ਹਾ ਕੁ ਰਗੜਨਾ ਵਾ ਜਿੰਨਾ ਕੁ ਮੰਨ ਲਓ ਕਿ 10 ਕੁ ਮਿੰਟ ਰਗੜ ਕੇ ਨਾ ਬਾਕੀ ਛੱਡ ਦੇਣਾ ਇਹਨੂੰ ਅਤੇ 10 ਮਿੰਟਾਂ ਤੋਂ ਜ਼ਿਆਦਾ ਨਾ ਰਗੜੇ ਉਹਨੂੰ ਵੀ ਜਿਸ ਤਰ੍ਹਾਂ ਆਪਾਂ ਰਗੜਾ ਨਹੀਂ ਲਾਉਣਾ ਇਹਦਾ ਬਸ 10 ਕੁ ਮਿੰਟ ਹੀ ਰਗੜਨਾ ਹੈ ਚੰਗੀ ਤਰ੍ਹਾਂ ਰਗੜ ਕੇ ਜਦੋਂ ਪਤਾ ਲੱਗ ਜਾਏ ਕਿ ਪਤਲਾ ਜਿਹਾ ਹੋ ਗਿਆ ਅਤੇ ਉਦੋਂ ਕੌਲੀ 'ਚ ਕੱਢ ਲੈਣਾ ਇਹਨੂੰ ਹੁਣ ਤੁਹਾਡੇ ਸਾਹਮਣੇ ਹੁਣ ਬਸ ਵਾਧੂ ਹੋ ਕੇ ਰਗੜਿਆ ਗਿਆ ਬਸ ਬਸ ਵਾਧੂ ਇਹਨੂੰ ਸਾਫ ਲਾ ਲਾ ਨਾਲ ਹੁਣ ਲਾ ਕੇ ਹੁਣ ਵਿੱਚ ਕੁੰਡੇ 'ਚ ਡੰਡੇ 'ਚ ਪਾ ਲਾ ਸਾਰਾ ਵਿੱਚ ਇਹ ਸਾਰਾ ਕੱਢ ਕੇ ਨਾ ਇਹਨੂੰ ਵਿੱਚ ਪਾ ਲਾ ਇਹਦੇ 'ਚ ਚਮਚਾ ਫੜੀਏ ਇੱਕ ਚਮਚਾ ਫੜਿਓ ਇੱਕ ਭਲਵਾਨਾ ਚਮਚਾ ਫੜ ਲਾ ਉੱਠ ਕੇ ਕੀ ਕਰਨ ਦਿਆਂ ਤੂੰ ਹੈਂ ਕੀ ਹੈ ਬੱਲੇ ਇਹ ਕੰਮ ਰਹਿ ਗਿਆ ਨਾ ਦਾਦਾਣੀ ਸਾਰਾ ਕੱਢ ਕੇ ਕੌਲੀ 'ਚ ਪਾ ਲਾ ਜਦੋਂ ਇਹ ਘਿਓ ਪਾਉਣਾ ਦੇਸੀ ਆਪਾਂ ਠੀਕ ਹੈ ਉਹ ਤੁਸੀਂ ਮੈਂਬਰਾਂ ਦੇ ਹਿਸਾਬ ਨਾਲ ਕਿੰਨਿਆਂ ਜਾਣਿਆਂ ਦੀ ਬਣਾਉਣੀ ਆ ਅਸੀਂ ਦੋਵਾਂ ਜਾਣਿਆਂ ਦੀ ਦੋ ਜਾਣੇ ਹੀ ਆ ਅਸੀਂ ਦੂਜਾ ਜੱਪ ਪੀ ਲੂਗਾ ਵਿੱਚ ਥੋੜ੍ਹਾ ਥੋੜ੍ਹਾ ਅਤੇ ਉਸ ਹਿਸਾਬ ਨਾਲ ਬਣਾਉਂਦੇ ਹਾਂ ਇਹਦੇ ਹਿਸਾਬ ਨਾਲ ਅਸੀਂ ਕੜਛੀ ਘਿਓ ਦੀ ਪਾ ਲੈਣੀ ਇੱਕ ਕੜਛੀ ਘਿਓ ਦੀ Thank you.
ਆਪਾਂ ਘਿਓ ਦੇ ਵਿੱਚ ਇਹਨੂੰ ਭੁੰਨਾਂਗੇ ਵਿੱਚੇ ਪਾ ਦੇਣਾ ਸਾਰਾ ਕੁਝ मठी मठी अग जी तो भुनना वा ज्यादा नहीं भुनना साड़ी जाए थले बड़ा लगता ना थले लगूगा तो जिस तरह मठी मठी अग ते माड़ा माड़ा उत्ते रख लिया फिर ला लिया उत्ते रख लिया फिर ला लिया ऐदा करके जो तुम उत्ते रखी रखिया तो मान लो कि इन्हें सड़ जाना ये गई भुज थले नहीं लगन देनी बस चमचा मारी जाना बिच ए पूरी एक रंग लाल कर लेना एक रंग पूरी जिदा का कड़ा नहीं होंगे इदा तो पूरी दलील नाल बनानी है रूह नाल जे तो इदा खाने जी करता बिच तो गुड़ पा के ना तो इदा ही खा ले चिमचिया ना ही ਇਹਨੂੰ ਦੋਧੀ ਵੀ ਕਹਿ ਦਿੰਦੇ ਆ ਤੇ ਸਿਆਲ ਚ ਬਾਲੀ ਵਧੀਆ ਹੁੰਦੀ ਪੀਣ ਨੂੰ ਸਿਆਲ ਚ ਜਿਹੜੇ ਭਲਵਾਨ ਆ ਜਾਂ ਨੋਰਮਲ ਬੰਦਾ ਵੀ ਪੀ ਸਕਦਾ ਇਹਨੂੰ ਬਣਾ ਕੇ ਠੰਡ ਠੁੰਡ ਨਹੀਂ ਫਿਰ ਲੱਗਦੀ ਬੰਦੇ ਨੂੰ ਇਹ ਪੀਤੀ ਹੋਵੇ ਇੱਕ ਤਰ੍ਹਾਂ ਬਣਾ ਕੇ ਫਿਰ ਨਾਲੇ ਆਪ ਪੀਓ ਨਾਲੇ ਜਵਾਕਾਂ ਨੂੰ ਦੋ ਬਣਾ ਕੇ ਫਿਰ ਵੇਖਿਓ ਠੰਡ ਠੁੰਡ ਤੁਹਾਡੇ ਲਾਗੂ ਨਹੀਂ ਲੰਘਣੀ ਤੁਹਾਡੇ डेढ़ का किलो दूध पा सकते जे तुसीं ते चलो इन्ना कर देने पूरा हुण इहनूं बाला जिहा लैंदीए फिर आपां मुड़के आ पा दांगे विच केसर केसर हैगा जी केसर फड़िओ केसर केसर भी पाउणा इहदे विच आपां इह आपां बना के रख लैणा ए रोटी भी खानी है रोटी तो बाद चेरे पीवे रात सौ लगे बाल लगे दुद्ध न अजे बाद हो गया रेडी जवानू अपना काम आ चको ये हो गया रेडी हूँ आप पा दें केसर चल पाता केसर ये हाँ ये तीन शक्कर पा सकते जी बिच खंड भी पा सकते शक्कर पा सकते मैं शक्कर पाई ये ठीक है लाग पा के दिखा दे ये हो गया जो काम अपना रेडी तो केसर ने जैलो जैलो जहा रंग छड़ता जे तो मेरे भरा पियो तो नज़ारे लो ठीक है
नाले मेरे भरा सबसक्राइब करया करो अपने पेज नूं मेरे वीर। तो बाकी हुण अगली वीडियो च होर कोई नवी खुराक लैके तुहाडे आते फिर हाजिर होवांगे मेरे भरा। ठीक है, चलो ठीक है मेरे भरा, सत श्री अकाल सारिआं नूं।